ਸਕਿੰਟਾਂ ਵਿੱਚ ਲਾਈਵ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਅਤੇ ਤੁਸੀਂ ਦੇਖ ਰਹੇ ਹੋ ਪੰਜਾਬ ਡੇਅਰੀ। ਫਰੀਦਕੋਟ ਦੇ ਖੇਤਰ ਵਿੱਚ ਨਸ਼ਾ ਵਿਰੋਧੀ ਟੀਮ ਵਜੋਂ ਪਿਛਲੇ ਕਈ ਸਾਲਾਂ ਤੋਂ ਕੰਮ ਕਰਨ ਵਾਲਾ ਸੁਖਦੀਪ ਸਿੰਘ ਹੁਣ ਇੱਕ ਨਵੇਂ ਅੰਕੜੇ ਕੱਢ ਲਿਆ ਹੈ ਨਸ਼ੇ ਦੀ ਓਵਰਡੋਜ਼ ਨਾਲ ਮਰਨ ਵਾਲੇ ਨੌਜਵਾਨਾਂ ਦੀ। ਉਸ ਦੇ ਅਨੁਸਾਰ ਪਿਛਲੇ 6 ਮਹੀਨੇ ਦੇ ਸਮੇਂ ਦੇ ਵਿੱਚ ਕਰੀਬ 150 ਤੋਂ ਵੱਧ ਨੌਜਵਾਨ ਨਸ਼ੇ ਦੀ ਓਵਰਡੋਜ਼ ਦੇ ਨਾਲ ਮਰੇ ਆ ਅਤੇ ਨਸ਼ਾ ਪਹਿਲਾਂ ਨਾਲੋਂ ਦੁੱਗਣਾ ਹੋ ਗਿਆ ਹੈ। ਸੁਖਦੀਪ ਦੇ ਅੰਕੜੇ ਤਾਂ ਇੱਥੋਂ ਤੱਕ ਦੱਸਦੇ ਆ ਕਿ ਪਹਿਲਾਂ ਨਸ਼ੇ ਦੀ ਓਵਰਡੋਜ਼ ਨਾਲ ਸਿਰਫ ਨੌਜਵਾਨਾਂ ਦੀ ਮੌਤ ਹੀ ਹੁੰਦੀ ਸੀ ਅਤੇ ਹੁਣ ਇਹ ਮੌਤਾਂ ਦੀ ਦਰ ਆ ਜਿਹੜੀ ਉਹ ਵਧਣ ਦੇ ਨਾਲ ਨਾਲ ਉਮਰ ਵੀ ਘਟਣੀ ਸ਼ੁਰੂ ਹੋ ਗਈ ਆ ਅਤੇ ਹੁਣ ਇਹ ਬੱਚਿਆਂ ਤੱਕ ਪਹੁੰਚ ਗਈ ਆ, ਨਾਬਾਲਗਾਂ ਤੱਕ ਪਹੁੰਚ ਗਈ ਆ ਅਤੇ ਹੁਣ ਇਸ ਦੀ ਲਪੇਟ ਵਿੱਚ 16-16 ਸਾਲ ਦੇ ਨੌਜਵਾਨ ਵੀ ਆਉਣ ਲੱਗੇ ਆ। ਪਿਛਲੇ ਦਿਨਾਂ ਦੇ ਵਿੱਚ ਇਸ ਤਰ੍ਹਾਂ ਦੀਆਂ ਵੀਡੀਓ ਵੀ ਵਾਇਰਲ ਹੋਈਆਂ ਸੀ ਜਿਨ੍ਹਾਂ ਦੇ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਮਰੇ ਨੌਜਵਾਨਾਂ ਦੇ ਸਿਰਾਂ 'ਤੇ ਸਿਹਰੇ ਸਜਾ ਕੇ ਪਰਿਵਾਰ ਵਾਲਿਆਂ ਨੇ, ਮਾਪਿਆਂ ਨੇ ਰੋ ਰੋ ਕੇ ਇਸ ਤਰ੍ਹਾਂ ਦੇ ਬੱਚੇ ਵਿਦਾ ਕੀਤੇ ਸੀ। ਨਸ਼ੇ ਦੀ ਓਵਰਡੋਜ਼ ਨਾਲ ਜਿਹੜੀਆਂ ਮੌਤਾਂ ਹੋ ਰਹੀਆਂ ਉਹਨਾਂ ਦੀ ਗਿਣਤੀ ਦੇ ਜਿਹੜੇ ਅੰਕੜੇ ਲੈ ਕੇ ਆਉਂਦੇ ਆ ਉਹ ਕਿਸ ਆਧਾਰ 'ਤੇ ਲੈ ਕੇ ਆਉਂਦੇ ਆ, ਇਹ ਸਾਰਾ ਕੁਝ ਦੱਸ ਰਹੇ ਨੇ ਨਸ਼ਾ ਵਿਰੋਧੀ ਟੀਮ ਦੇ ਆਗੂ ਸੁਖਦੀਪ ਸਿੰਘ। ਦੇਖੋ ਜੀ, ਨਵੇਂ ਅੰਕੜੇ ਜਿਹੜੇ ਅੱਜ ਪੰਜਾਬ ਦੇ ਬਹੁਤ ਜ਼ਿਆਦਾ ਡਰਾਉਣ ਵਾਲੇ ਆ। ਅਸੀਂ ਨਾ ਪਿਛਲੇ 5 ਸਾਲ ਤੋਂ ਸਾਡੀ ਟੀਮ ਜਿਹੜੀ ਹੈ ਨਸ਼ਿਆਂ ਦੇ ਖਿਲਾਫ ਕੰਮ ਕਰ ਰਹੀ ਸੀ, ਪਰ ਜਦੋਂ ਇਹ ਸੀ ਐੱਮ ਸਾਹਿਬ ਦੀ ਭਗਵੰਤ ਮਾਨ ਜੀ ਦੀ ਸਰਕਾਰ ਬਣੀ ਹੈ ਤਾਂ ਸਾਨੂੰ ਵਿਸ਼ਵਾਸ ਸੀਗਾ ਵੀ ਸ਼ਾਇਦ ਭਗਵੰਤ ਮਾਨ ਜੀ ਨਸ਼ਿਆਂ ਦੇ ਬਹੁਤ ਜ਼ਿਆਦਾ ਸਖਤੀ ਨਾਲ ਕੰਮ ਕਰਨਗੇ ਤਾਂ ਨਸ਼ਾ ਜਿਹੜਾ ਪੰਜਾਬ 'ਚ ਘੱਟ ਜੂਗਾ। ਪਰ ਹੁਣ ਜਿਹੜੀ ਇਸ ਟਾਈਮ ਗਰਾਊਂਡ ਰਿਪੋਰਟ ਆ ਨਸ਼ਿਆਂ ਦੀ, ਵੀ ਹੁਣ ਜਿਹੜਾ ਚਿੱਟਾ ਜਿਹੜਾ ਉਹ ਇੱਕ ਤਾਂ ਹੋਮ ਡਿਲੀਵਰੀ ਹੋਣ ਲੱਗ ਗਿਆ, ਬਹੁਤ ਜ਼ਿਆਦਾ ਸ਼ਰੇਆਮ ਹੋ ਗਿਆ। ਅਤੇ ਦੂਸਰੀ ਗੱਲ, ਪਹਿਲਾਂ ਜਦੋਂ ਅੱਜ ਤੋਂ ਇੱਕ ਸਾਲ ਪਹਿਲਾਂ ਜਿਹੜੇ ਨੌਜਵਾਨ ਦੀ ਓਵਰਡੋਜ਼ ਨਾਲ ਮੌਤ ਹੁੰਦੀ ਸੀ ਨਾ, ਉਹ 20 ਤੋਂ 22 ਸਾਲ ਦੀ ਉਮਰ ਜਾਂ 25 ਸਾਲ ਦੀ ਉਮਰ ਤਕਰੀਬਨ ਹੁੰਦੀ ਸੀਗੀ। ਅੱਜ ਇੰਨੇ ਜ਼ਿਆਦਾ ਹਾਲਾਤ ਮਾੜੇ ਹੋ ਗਏ ਆ ਵੀ ਕੱਲ੍ਹ ਇੱਕ ਗੁਰਦਾਸਪੁਰ ਏਰੀਏ 'ਚ ਇੱਕ 16 ਸਾਲ ਦਾ ਬੱਚਾ ਜਿਹੜਾ ਕੀ ਹੈ ਨਾਬਾਲਗ, ਉਹ ਚਿੱਟੇ ਦੀ ਓਵਰਡੋਜ਼ ਨਾਲ ਉਸਦੀ ਮੌਤ ਹੋ ਗਈ ਹੈ, ਜੋ ਕਿ ਬਹੁਤ ਜ਼ਿਆਦਾ ਪੰਜਾਬ ਲਈ ਭਵਿੱਖ ਵਾਸਤੇ, ਜੋ ਪੰਜਾਬ ਦਾ ਭਵਿੱਖ ਆ, ਖਤਰੇ ਦੇ ਵਿੱਚ ਆ ਚੁੱਕਾ। ਕਿਸ ਤਰ੍ਹਾਂ ਦੇਖਦੇ ਹੋ ਇਹਦੇ, ਕਿਸ ਤਰ੍ਹਾਂ ਦੇ ਕਾਨੂੰਨਾਂ ਦੀ ਲੋੜ ਆ ਜਿਹੜਾ ਚਿੱਟੇ ਰੋਕ ਲੱਗੇ? ਤੁਸੀਂ ਵੋਟਾਂ ਤੋਂ ਪਹਿਲਾਂ ਕੇਜਰੀਵਾਲ ਸਾਹਿਬ ਨੇ, ਤੁਹਾਡੇ MLA ਸਾਹਿਬ ਜਿੰਨੇ ਲੋਕਲ ਏਰੀਏ ਦੇ ਸੀ, ਉਹਨਾਂ ਨੇ ਵੀ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਵੀ ਅਸੀਂ ਪਿੰਡਾਂ 'ਚ ਕਮੇਟੀਆਂ ਬਣਾਵਾਂਗੇ, ਅਸੀਂ ਮਤਲਬ ਟੀਮਾਂ ਨੂੰ ਨਾਲ ਲੈ ਕੇ ਕਰਾਂਗੇ। ਪਰ ਜਿਹੜੀ ਇਹਨਾਂ ਦਾ ਸਭ ਤੋਂ ਵੱਡੀ ਜਿਹੜੀ ਦੁਰਦਸ਼ਾ ਇਹ ਆ ਵੀ CM ਸਾਹਿਬ ਨੇ ਸਿਰਫ ਜਦੋਂ ਦੇ ਉਹ 2.5 ਸਾਲ ਹੋ ਗਏ ਮੁੱਖ ਮੰਤਰੀ ਬਣੇ ਆ ਭਗਵੰਤ ਮਾਨ ਸਾਹਿਬ, ਉਹਨਾਂ ਨੇ ਸਿਰਫ ਇੱਕ ਵਾਰੀ ਮੀਟਿੰਗ ਕੀਤੀ ਜਿਹੜੇ ਵੱਡੇ ਲੈਵਲ ਦੇ IG ਜਾਂ SSPਾਂ ਨਾਲ ਨਸ਼ੇ ਦੇ, ਉਸ ਤੋਂ ਬਾਅਦ ਕੋਈ ਮੀਟਿੰਗ ਨਹੀਂ ਹੋਈ। ਅਤੇ ਅਸੀਂ ਤਾਂ ਇਹ ਬੇਨਤੀ ਕਰਦੇ ਹਾਂ ਵੀ ਜੇ ਸੱਚ ਮੁੱਚ ਉਹ ਨਸ਼ਾ ਖਤਮ ਕਰਨਾ ਚਾਹੁੰਦੇ ਆ ਤਾਂ ਕਿਉਂ ਨਾ ਉਹ ਆਪਣਾ ਵਿਧਾਨ ਸਭਾ ਦਾ ਸੈਸ਼ਨ ਸੱਦ ਕੇ ਇਹੋ ਜਿਹਾ ਕਿਉਂ ਨਹੀਂ ਬਿੱਲ ਲੈ ਕੇ ਆਉਂਦੇ ਵੀ ਜਿਵੇਂ ਅਰਬ ਕੰਟਰੀਆਂ ਦੇ ਵਿੱਚ ਇਹੋ ਜਿਹੇ ਬਿੱਲ ਆ ਵੀ ਜਿਵੇਂ ਹੁਣ ਨਸ਼ੇ ਦੇ ਇਹਨਾਂ ਨੇ ਪਲੈਂਟੀ ਆਪਣੇ, ਜਿਵੇਂ ਮੰਨ ਲਓ ਕਮਰਸ਼ੀਅਲ ਨਸ਼ਾ ਫੜਿਆ ਜਾਂਦਾ ਪਾਈਆ ਜਾਂ ਕਿਲੋ ਦੇ ਹਿਸਾਬ ਨਾਲ ਤਾਂ ਉਹਨੂੰ 5 ਲੱਖ ਜਾਂ ਉਮਰ ਕੈਦ ਆ। ਪਰ ਅਸੀਂ ਤਾਂ ਇਹ ਮਤਲਬ CM ਸਾਹਿਬ ਨੂੰ ਬੇਨਤੀ ਕਰਦੇ ਹਾਂ ਵੀ ਉਹ ਸੈਸ਼ਨ ਸੱਦ ਕੇ ਜਿਹੜੀ ਇਹ ਕਮਰਸ਼ੀਅਲ ਕੁਆਂਟਿਟੀ ਆ ਪਰਚਿਆਂ ਦੀ ਉਹਨੂੰ ਘੱਟ ਕੀਤੀ ਜਾਵੇ। ਜਿਵੇਂ ਮੰਨ ਲਓ ਕਿਸੇ, ਜਿਵੇਂ ਫਰਜ਼ ਕਰ ਲਓ 5 ਗ੍ਰਾਮ ਜਾਂ 10 ਗ੍ਰਾਮ ਵੀ ਚਿੱਟਾ ਫੜਿਆ ਜਾਂਦਾ ਤਾਂ ਉਹ ਇਹ ਬਿੱਲ ਪਾਸ ਕਰਨ ਵੀ 10 ਲੱਖ ਰੁਪਈਆ ਜਾਂ 15 ਲੱਖ ਰੁਪਈਆ ਮੋਟਾ ਜਿਹੜਾ ਜੁਰਮਾਨਾ ਪਹਿਲਾਂ ਭਰਨਾ ਪਊਗਾ ਉਹਨੂੰ ਜਿਹੜਾ ਮੁਰਜਰਮ ਆ, ਅਤੇ ਫਿਰ ਉਹਦੀ ਬੇਲ ਹੋਊਗੀ, ਉਸ ਤੋਂ ਬਾਅਦ ਉਹ ਬੰਦਾ ਜ਼ਮਾਨਤ ਹੋਊਗੀ। ਇਸ ਤਰ੍ਹਾਂ ਦੇ ਜੇ ਸਰਕਾਰ ਜਿਹੜੀ ਭਗਵੰਤ ਮਾਨ ਸਾਹਿਬ ਰੂਲ ਲੈ ਕੇ ਆਉਣ, ਬਿੱਲ ਪਾਸ ਕਰਨ, ਤਾਂ ਨਸ਼ਾ ਤਾਂ 1 ਮਹੀਨੇ ਦੇ ਵਿੱਚ ਖਤਮ ਹੋ ਜੇ, ਨਸ਼ਾ ਤਾਂ 1 ਗੋਲੀ ਨਾ ਲੱਭੇ ਪੰਜਾਬ 'ਚੋਂ। ਕਾਂਗਰਸ ਵੇਲੇ ਵੀ ਕੰਮ ਕੀਤਾ ਤੁਸੀਂ, ਹੁਣ ਵੀ ਕੰਮ ਕਰ ਰਹੇ ਹੋ, ਫਰਕ ਕਿੰਨਾ ਕੁ ਲੱਗਦਾ ਹੈ? ਕਾਂਗਰਸ ਸਰਕਾਰ ਵੇਲੇ ਵੀ ਅਸੀਂ ਜਦੋਂ ਦੇ ਕੈਪਟਨ ਸਾਹਿਬ ਬਣੇ ਸੀ 2017 ਦੇ ਵਿੱਚ, ਅਸੀਂ ਇਹ ਕੰਮ ਐਕਟੀਵਿਟੀ ਕਰ ਰਹੇ ਹਾਂ, ਸਾਡੀ ਟੀਮ ਪੰਜਾਬ ਲੈਵਲ ਦੀ ਆ।
ਪਰ ਕਾਂਗਰਸ ਸਰਕਾਰ ਦੇ ਵਿੱਚ ਇੰਨਾ ਕੁ ਜ਼ਰੂਰ ਸੀਗਾ ਵੀ ਅਸੀਂ ਜਿਹੜੇ ਅਫਸਰ ਕੋਲ ਜਾਂਦੇ ਸੀ ਜਾਂ ਜਿਹੜੇ MLA ਕੋਲ ਜਾਂਦੇ ਸੀ ਉਹ ਕੁਛ ਨਾ ਕੁਛ ਸੁਣਵਾਈ ਜ਼ਰੂਰ ਕਰਦੇ ਸਾਡੀ। ਪਰ ਇਸ ਸਰਕਾਰ ਦੇ ਵਿੱਚ ਇਹ ਆ ਵੀ ਹੁਣ ਤੁਸੀਂ ਲੋਕਲ ਮੰਨ ਲਓ MLA ਕੋਲ ਜਾਂਦੇ ਹੋ ਏਰੀਏ ਦੇ ਜਾਂ ਤੁਸੀਂ ਵੱਡੇ ਲੈਵਲ 'ਤੇ ਉੱਥੇ ਤੁਹਾਡੀ ਸੁਣਵਾਈ ਨਹੀਂ ਹੈਗੀ। ਉਹ ਨਾ ਤੁਹਾਨੂੰ ਟਾਲ ਮਟੋਲ ਕਰ ਦਿੰਦੇ, ਉਹ ਕਹਿੰਦੇ ਨਸ਼ੇ ਦੀ ਗੱਲ ਨਾ ਕਰੋ, ਸਾਡੇ ਨਾਲ ਹੋਰ ਜਿਹੜੀ ਮਰਜ਼ੀ ਗੱਲ ਕਰ ਲਓ, ਸਾਡੇ ਕੋਲ ਇਸ ਮੁੱਦੇ ਦਾ ਟਾਈਮ ਹੀ ਹੈ ਨਹੀਂਗਾ। ਪਰ ਇਹ ਬਹੁਤ ਜ਼ਿਆਦਾ ਗਲਤ ਗੱਲ ਧੋਖਾ ਜੋ ਪੰਜਾਬ ਦੇ ਲੋਕਾਂ ਨਾਲ ਇਹਨਾਂ ਨੇ ਕੀਤਾ। ਭਗਵੰਤ ਮਾਨ ਸਾਹਿਬ ਅਤੇ ਕੇਜਰੀਵਾਲ ਸਾਹਿਬ ਨੇ ਬਹੁਤ ਵੱਡੇ ਵੱਡੇ ਵਾਅਦੇ ਕੀਤੇ ਸੀਗੇ, ਕਹਿੰਦੇ ਸੀ ਵੋਟਾਂ ਤੋਂ ਇਲੈਕਸ਼ਨ ਵੇਲੇ ਵੀ ਅਸੀਂ ਇੱਕ ਹਫ਼ਤੇ ਦੇ ਵਿੱਚ ਜਾਂ 4 ਹਫ਼ਤਿਆਂ 'ਚ ਨਸ਼ਾ ਖਤਮ ਕਰ ਦਾਂਗੇ। ਉਦੋਂ ਇਹ ਵੀ ਕਹਿੰਦੇ ਸੀ ਵੀ ਸਾਨੂੰ ਸਾਰਾ ਪਤਾ ਕਿਹੜੇ ਕਿਹੜੇ ਲੀਡਰ ਜੁੜੇ ਆ ਜਾਂ ਕਿਹੜੇ ਲੀਡਰ ਹਿੱਸਾ ਲੈਂਦੇ ਆ। ਪਰ ਹੁਣ ਕੀ ਹੋ ਗਿਆ, ਹੁਣ 2.5 ਸਾਲ ਹੋ ਗਏ, ਹੁਣ ਕਿਉਂ ਨਹੀਂ ਨਸ਼ਾ ਬੰਦ ਹੋ ਰਿਹਾ? ਇਹ ਮੈਂ ਤਾਂ ਪਿੰਡਾਂ ਦੇ ਲੋਕਾਂ ਨੂੰ ਇੱਕ ਇਹ ਬੇਨਤੀ ਕਰਦਾ ਹੱਥ ਜੋੜ ਕੇ ਵੀ ਹੁਣ ਵੋਟਾਂ ਆ ਗਈਆਂ, ਵੋਟਾਂ ਦਾ ਸੀਜ਼ਨ ਆ ਚੁੱਕਿਆ, ਆਹ 1 ਮਹੀਨੇ ਨੂੰ ਵੋਟਾਂ ਆਉਣੀਆਂ, ਤੁਹਾਡੇ ਸਾਰੇ ਇਲਾਕਿਆਂ ਦੇ ਵਿੱਚ MLA MP ਹੋਣਗੇ ਜਿਹੜੇ ਆਮ ਆਦਮੀ ਪਾਰਟੀ ਦੇ ਆ। ਤਾਂ ਤੁਸੀਂ ਉਹਨਾਂ ਨੂੰ ਇੱਕ ਹੀ ਸਵਾਲ ਪੁੱਛਿਓ ਵੀ ਸਾਡੇ ਪਿੰਡਾਂ ਦੇ ਵਿੱਚ ਜਾਂ ਸਾਡੇ ਜਿਹੜਾ ਨਸ਼ਾ ਸ਼ਰਿਆ ਮਿਲ ਰਿਹਾ ਉਹਨਾਂ ਖਾਤਰ ਤੁਸੀਂ ਕਿੰਨੀਆਂ ਕੁ SSP ਸਾਹਿਬ ਨਾਲ ਜਾਂ ਪ੍ਰਸ਼ਾਸਨ ਨਾਲ ਕਿੰਨੀਆਂ ਮੀਟਿੰਗਾਂ ਕੀਤੀਆਂ ਅਤੇ ਕਿਸ ਲੈਵਲ ਤੱਕ ਤੁਸੀਂ ਜਿਹੜਾ ਕੰਮ ਕਰ ਰਹੇ ਹੋ? ਜੇ 6 ਮਹੀਨਿਆਂ ਦੀ ਗੱਲ ਕਰੀਏ, ਪਿਛਲੇ ਲੰਘੇ 6 ਮਹੀਨਿਆਂ ਤੱਕ ਕਿੰਨੀਆਂ ਕੁ ਮੌਤਾਂ ਹੋ ਚੁੱਕੀਆਂ ਓਵਰਡੋਜ਼ ਨਾਲ? ਮੇਰੇ ਕੋਲ ਜੀ 150 ਤੋਂ 250 ਦੇ ਕਰੀਬ ਲਿਸਟ ਆ ਜਿਹੜੀ ਸਾਰੇ ਪੰਜਾਬ ਦੇ ਵਿੱਚ ਓਵਰਡੋਜ਼ ਦੇ ਨਾਲ ਨੌਜਵਾਨ ਮਰ ਚੁੱਕੇ ਆ ਪਿਛਲੇ 6 ਮਹੀਨਿਆਂ ਦੇ ਵਿੱਚ ਹਜੇ। ਹਾਲਾਂਕਿ ਜੇ ਆਪਾਂ ਇਦੋਂ ਵੀ ਪਿੱਛੇ ਜਾਈਏ, ਜੇ 1 ਸਾਲ ਤੱਕ ਜਾਵੜੀਏ ਤਾਂ ਇਹ ਅੰਕੜਾ ਘੱਟੋ ਘੱਟ 500-700 ਨੂੰ ਵੀ ਛੂਜੂਗਾ, ਪਰ ਥੋੜ੍ਹੀ ਜਿਹੀ ਸਾਨੂੰ ਜ਼ਿਆਦਾ ਮਿਹਨਤ ਕਰਨੀ ਪਊਗੀ। ਪਰ ਜਿਹੜਾ ਤਾਜ਼ਾ ਸਾਡੇ ਕੋਲ ਡਾਟਾ, ਅਸੀਂ ਇਕੱਲਾ ਜਿਹੜਾ ਡਾਟਾ ਸਾਂਭ ਕੇ ਰੱਖਦੇ ਹਾਂ ਜੋ ਵੀ ਬੰਦਾ ਓਵਰਡੋਜ਼ ਨਾਲ ਮਰਦਾ ਨੌਜਵਾਨ, ਅਤੇ ਇਸ ਟਾਈਮ ਸਾਡੇ ਕੋਲ 250 ਦੇ ਕਰੀਬ ਜਾਂ 200-250 ਦੇ ਕਰੀਬ ਜਿਹੜਾ ਅੰਕੜਾ ਨੌਜਵਾਨਾਂ ਦਾ ਹੈਗਾ। ਅਤੇ ਮੈਂ ਇਹ ਕੋਈ ਹਵਾ 'ਚ ਗੱਲ ਨਹੀਂ ਕਰ ਰਿਹਾ, ਕੋਈ ਵੀ ਸਰਕਾਰ ਦਾ ਅਦਾਰਾ ਜਾਂ CM ਸਾਹਿਬ ਨੂੰ ਮੈਂ ਬੇਨਤੀ ਕਰਦਾ ਇਹ ਡਾਟਾ ਸਾਡੇ ਤੋਂ ਉਹ ਲੈ ਸਕਦੇ ਆ। ਇਕੱਲੇ ਇਕੱਲੇ ਬੰਦੇ ਦਾ, ਇਕੱਲੇ ਇਕੱਲਾ ਪਿੰਡ ਸ਼ਹਿਰ ਨਾਮ ਅਸੀਂ ਡਾਟਾ ਦੇਵਾਂਗੇ ਕਿੰਨੇ ਨੌਜਵਾਨ ਅੱਜ ਜਿਹੜੇ 6 ਮਹੀਨਿਆਂ ਦੇ ਵਿੱਚ ਨਸ਼ੇ ਨਾਲ ਓਵਰਡੋਜ਼ ਨਾਲ ਮਰ ਚੁੱਕੇ ਆ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦੇਵਾਂ ਕਿ ਅਗਰ ਤੁਸੀਂ ਸਾਡੇ ਚੈਨਲ 'ਤੇ ਅੱਜ ਨਵੇਂ ਹੋ ਅਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸਦਾ ਪਤਾ ਲੱਗ ਸਕੇ। ਸਾਡੀਆਂ ਖਬਰਾਂ, ਸਾਡਾ ਤਰੱਦਦ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਠੀਕ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ, ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ।